ਆਪਾਂ ਜੀ ਗੈਸ ਚੁੱਲੇ ਦੀ ਸਰਵਿਸ ਕਰਾਂਗੇ ਜੀ ਜਿਹੜਾ ਆਪਣਾ ਗੈਸ ਵਾਲਾ ਚੁੱਲਾ ਹੁੰਦਾ ਹੈ ਜੀ ਅੱਗ ਬਹੁਤ ਘੱਟ ਕੱਢਣ ਲੱਗ ਜਾਂਦਾ ਜੀ ਇਸ ਕਰਕੇ ਆਪਣਾ ਸਿਲੰਡਰ ਵੀ ਬਹੁਤ ਜਲਦੀ ਖਤਮ ਹੋ ਜਾਂਦਾ ਕਿਉਂਕਿ ਗੈਸ ਵੱਧ ਲੱਗਦੀ ਹੈ ਤੇ ਆਪਣੀ ਜਿਹੜੀ ਅੱਗ ਹੈ ਉਹ ਘੱਟ ਆਉਂਦੀ ਹੈ ਬਾਹਰ ਆਪਣਾ ਦੇਦਾ ਪੋਜਣਾ ਉਹ ਵੱਧ ਸਮੇਂ ਚ ਪਗਦਾ ਇਸ ਤੋਂ ਬਾਅਦ ਜਿਹੜੀਆਂ ਉਪਰ ਇਹਦੀ ਕੋਲੀਆਂ ਜੀ ਰੱਖੀ ਹੁੰਦੀਆਂ ਨੇ ਉਹਨੂੰ ਸਾਰਿਆਂ ਨੂੰ ਕੱਢ ਕੇ ਆਪਾਂ ਲੱਗ ਕਰ ਦਾਂਗੇ ਇਸ ਤੋਂ ਬਾਅਦ ਅਜਿਹੇ ਇਹਦੇ ਗੈਸ ਨੂੰ ਬਾਹਰ ਛੱਡਣ ਵਾਲੇ ਹੁੰਦੇ ਨੇ ਇਹਨਾਂ ਨੂੰ ਆਪਾਂ ਬਾਹਰਲੇ ਪਾਸੇ ਕੱਢ ਲਾਂਗੇ ਨਟ ਜਿਹੇ ਦਿੱਤੇ ਹੁੰਦੇ ਨੇ ਖੋਲ ਲਾਂਗੇ ਤੇ ਚੰ ਦੰਨਾ ਠੀਕ ਹੈ 12 ਦੇ ਡਾਇਲ ਮਾਰ ਲਈ ਇਹ ਕਰ ਲਈਏ ਉਹ ਕਰ ਲਈਏ ਸਾਬਣਾ ਲਾ ਲਈਏ ਤੇਲ ਲਾ ਲਈਏ ਪਰ ਇਹਦੇ ਕਿ ਨਹੀਂ ਕੋਈ ਧਿਆਨ ਨਹੀਂ ਦਿੰਦਾ ਜਿਹੜਾ ਆਪਣਾ ਢਿੱਡ ਭਰਦਾ ਆਪਾਂ ਨੂੰ ਇੱਕ ਨਿੰਬੂ ਚਾਹੀਦਾ ਜੀ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈ ਭਾਂਡੇ ਧੋਣ ਵਾਲੀ ਸਾਬਣ ਠੀਕ ਹੈ ਦੋਨੇ ਚੀਜ਼ਾਂ ਨਾਲ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਸਾਫ਼ ਕਰਾਂਗੇ ਰਗੜ ਰਗੜ ਕੇ ਇੱਕ ਤੁਹਾਨੂੰ ਗੱਲ ਦੱਸਦਾ ਵੀ 99% ਜਿਹੜੀਆਂ ਰਸੋਈ ਦੇ ਵਿੱਚ ਮੱਖੀਆਂ ਆਉਂਦੀਆਂ ਨੇ ਬਿਮਾਰੀਆਂ ਆਉਂਦੀਆਂ ਨੇ ਮੱਛਰ ਆਉਂਦਾ ਉਹ ਇਹਦੀ ਬਦੌਲਤ ਆਉਂਦਾ ਹੈ ਜਿਹੜਾ ਆਪਾਂ ਹੇਠਲੇ ਪਾਸੋਂ ਜਿਹੜਾ ਗੈਸ ਵਾਲਾ ਚੁੱਲ੍ਹਾ ਹੈ ਇਹਨੂੰ ਆਪਾਂ ਸਾਫ਼ ਨਹੀਂ ਕਰਦੇ ਠੀਕ ਸਟੀਲ ਬੁਰਸ਼ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤੇ ਸਟੀਲ ਬੁਰਸ਼ ਨਾਲ ਤੇ ਨਿੰਬੂ ਨਾਲ ਤੇ ਭਾਂਡੇ ਤੋਂ ਵਾਲੀ ਸਾਬਣ ਨਾਲ ਅੰਦਰਲੇ ਪਾਸੋਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਤੁਸੀਂ ਤਾਂ ਕਿ ਕੋਈ ਵੀ ਜਿਹੜਾ ਕੋਈ ਆਪਣਾ ਦਾਲ ਪਾਣੀ ਇਹਦੇ ਵਿੱਚ ਡੋਲਿਆ ਹੋਇਆ ਜਾ ਕੋਈ ਸਮੈਲ ਹੋਵੇ ਇਹਦੇ ਵਿੱਚ ਰਵੇ ਨਾ ਤਿੰਨ ਮਹੀਨਿਆਂ ਬਾਅਦ-ਬਾਅਦ ਤੁਸੀਂ ਇਹਦੀ ਸਰਵਿਸ ਕਰੋ ਠੀਕ ਹੈ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਇਹਨਾਂ ਲਗਾਓ ਇਸ ਤੋਂ ਬਾਅਦ ਆਪਾਂ ਉੱਪਰਲੇ ਪਾਸੋਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਆਂ ਉੱਪਰਲੇ ਪਾਸੋਂ ਜਿਹੜੀਆਂ ਆਪਣੇ ਘਰ ਦੀਆਂ ਔਰਤਾਂ ਨੇ ਵੈਸੇ ਉਹ ਸਾਫ਼ ਕਰ ਦੰਦੀਆਂ ਨੇ ਪਰ ਹੇਠਲੇ ਪਾਸੋਂ ਨਹੀਂ ਕਰਦੇਗੇ ਇਸ ਤੋਂ ਬਾਅਦ ਇਹਦੀ ਪਾਈਪ ਵੀ ਆਪਾਂ ਚ ਕੁੜੀਆਂ ਨੂੰ ਤਾਂ ਮੈਨੂੰ ਲੱਗਦਾ ਵੀ ਚੁੱਲ੍ਹੇ 'ਚ ਅੱਗ ਵੀ ਨਹੀਂ ਬਾਲਣੀ ਆਉਂਦੀ ਹੈਗੀ ਪਰ ਇਹਦਾ ਧਿਆਨ ਆਪਾਂ ਰੱਖਦੇ ਨਹੀਂ ਕਿ ਜਿਹੜਾ ਆਪਣਾ ਸਾਰਾ ਦਿਨ ਆਪਣਾ ਇਹ ਕੰਮ ਸਾਰਦਾ ਹੈ ਇਸ ਤੋਂ ਬਾਅਦ ਜਿੱਥੋਂ ਜੀ ਆਪਾਂ ਨੂੰ ਅੱਗ ਮਿਲਦੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਸਰਾਖ ਹੁੰਦੇ ਨੇ ਜਿਹੜੇ ਰੇਤੇ ਨਾਲ ਜਾਂ ਕੋਈ ਚਾਹ ਪਾਣੀ ਉੱਤੇ ਡੁੱਲ ਜੇ ਉਹਦੇ ਨਾਲ ਬੰਦ ਹੋ ਜਾਂਦੇ ਨੇ ਉਹਤੇ ਵੀ ਆਪਾਂ ਇਸੇ ਤਰੀਕੇ ਨਾਲ ਨਿੰਬੂ ਵੀ ਮਾਰਾਂਗੇ ਸਟੀਲ ਬੁਰਸ਼ ਵੀ ਮਾਰਾਂਗੇ ਭਾਂਡੇ ਧੋਣ ਵਾਲੀ ਸਾਬਣ ਦਾ ਆਪਾਂ ਲੇਪ ਜਲਾ ਲਾ ਕੇ ਇਹਨੂੰ ਚੰਗੇ ਤਰੀਕੇ ਨਾਲ ਸਾਫ਼ ਕਰ ਲਾਂਗੇ ਕਿਉਂਕਿ ਜਿਹੜੀ ਸਾਰੀ ਗੈਂਸ ਹੈ ਸਾਰੀ ਅੱਗ ਹੈ ਉਹ ਇੱਥੋਂ ਹੀ ਬਾਹਰ ਆਉਣੀ ਹੈ ਇਸ ਦਲ ਮੰਨ ਦੇ ਵਿੱਚ ਮੈਲ ਉਹ ਕੰਮ ਇਹਦੇ ਨਾਲ ਹੋਇਆ ਪਿਆ ਚੁੱਲ੍ਹੇ ਨਾਲ ਬਾਹਰਲੇ ਪਾਸੋਂ ਬਸ ਲੀਰ ਮਾਰੀ ਸਾਫ਼ ਕਰਤਾ ਇੱਕ ਦਿਖ ਬਣ ਜਾਂਦੀ ਪਰ ਸਮੈਲ ਮਾਰਦੀ ਹੈ ਭੈੜੀ ਤੇ ਅੰਦਰਲੇ ਪਾਸੋਂ ਗੰਦਗੀ ਜਮੀ ਪਈ ਹੁੰਦੀ ਹੈ ਇਹਨਾਂ ਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਸਾਫ਼ ਕਰ ਲਾਂਗੇ ਠੀਕ ਹੈ ਆਹ ਲੋ ਜੀ ਆਪਣਾ ਇਹ ਸਾਰਾ ਸਾਫ਼ ਹੋ ਗਿਆ ਹੁਣ ਜਮਾ ਜ਼ਿੰਦਗੀ ਬਣ ਗਈ ਹੈ ਜੀ ਤਾਂ 3 ਮਹੀਨਿਆਂ ਦਾ ਸ਼ਡਿਊਲ ਰੱਖ ਲੈਣਾ ਔਰ ਤਾਂ ਘਰੇ ਆਪ ਦਾ ਵੀ ਇਹਨੂੰ ਆਪਾਂ ਨੇ ਸਾਫ਼ ਕਰਨੀ ਕਰਨਾ ਹੈ ਠੀਕ ਹੈ ਤਾਂ 3 ਮਹੀਨਿਆਂ ਬਾਅਦ ਇਸ ਤਰੀਕੇ ਨਾਲ ਬਿਲਕੁਲ ਆ ਸਾਫ਼ ਹੋ ਗਿਆ ਇਸ ਤੋਂ ਬਾਅਦ ਸੂਈ ਮਾਰ ਕੇ ਜਿੱਥੋਂ ਗੈਸ ਆਉਂਦੀ ਹੈ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਸਾਫ਼ ਕਰ ਲੈਨੇ ਆ ਨੇ ਦੀ ਸਰਵਿਸ ਕਰੋ ਹੀ ਕਰੋ ਠੀਕ ਹੈ ਇਸ ਤੋਂ ਬਾਅਦ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਟਾਈਟ ਕਰ ਦੰਨੇ ਆ ਫੁੱਲ ਤੇ ਇਸ ਤੋਂ ਬਾਅਦ ਆ ਇਹਦੇ ਬਰਨਰ ਜਿਹੇ ਹੁੰਦੇ ਨੇ ਗੈਸ ਬਾਹਰ ਕੱਢਣ ਵਾਲਾ ਇਹਨਾਂ ਨੂੰ ਆਪਾਂ ਰੱਖ ਕੇ ਫਿੱਟ ਕਰ ਦੰਨੇ ਆ ਉੱਪਰ ਆ ਰੱਖ ਦੰਨੇ ਇਹਦੇ ਚੁੱਲੇ ਦੇ ਕਾਰਜੇ ਬਣੇ ਹੁੰਦੇ ਨੇ ਜਿਹੜੇ ਠੀਕ ਹੈ ਆ ਲੋ ਜੀ ਪੈਪਾਪਾ ਕਰਤੀ ਸਿੱਧੀ ਇਹਨੂੰ ਵੀ ਆਪਾਂ ਨੂੰ ਸਿਲੰਡਰ ਤੇ ਜਦੋਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਟਾਈਟ ਹੋ ਜਾਂਦੀ ਹੈ ਇਹ ਇਹਦੇ ਵਿੱਚ ਜਿਹੜੀਆਂ ਗੋਲੀਆਂ ਜੀ ਹੁੰਦੀਆਂ ਨੇ ਇਹਦੇ ਵਾਸਤੇ ਸਰੋਂ ਦਾ ਤੇਲ ਪਾ ਦਿਓ ਬਿਲਕੁਲ ਰੈਲੀ ਰੈਲੀ ਰਹੂਗੀ ਇਹ ਆਰਾਮ ਨਾਲ ਚੜ ਜਾਂਦੀ ਹੈ ਤੇ ਆਰਾਮ ਨਾਲ ਇਹ ਲੈ ਜਾਂਦੀ ਹੈ ਇਸ ਤਰੀਕੇ ਨਾਲ ਠੀ ਤੇ ਸਰਬਸਭ ਦੇ ਘਰੇ ਕਰ ਲੋ ਗੈਸ ਚੁੱਲੇ ਦੀ ਜਰੂਰ